ਕਰਨ ਉਦਾਸੀ ਅੰਦਰ ਮਾਇਆ
ਹਉ ਸਦਕੇ ਤਿਨਾ ਗੁਰ ਸਿੱਖਾ ਬਾਹਰ ਜਾਂਦਾ ਬਰਜ ਰਵਾਇਆ। ਕਹਿੰਦੇ ਹਉ ਸਦਕੇ ਤਿਨਾ ਗੁਰ ਸਿੱਖਾ ਗੁਰਸਿੱਖ ਤੇ ਗੁਰਸਿੱਖ ਮਿਲਾਇਆ। ਹਉ ਸਦਕੇ ਤਿਨਾ ਗੁਰ ਸਿੱਖਾ ਸਤਿਗੁਰ ਦਾ ਉਪਦੇਸ਼ ਦਿਰੜਾਇਆ। ਸਾਨੂੰ ਕੀ ਸੋਝੀ ਦੇ ਰਹੇ ਨੇ ਵੀ ਕੁਰਬਾਨ ਜਾਵਾਂ ਸਦਕੇ ਜਾਵਾਂ ਉਹਨਾਂ ਜੀਵਾਂ ਤੋਂ ਉਹਨਾਂ ਗੁਰਸਿੱਖਾਂ ਤੋਂ ਜਿਹਨਾਂ ਜੀਵਾਂ ਨੇ ਆਪਣੇ ਮਾਲਕ ਨੂੰ ਪਾਇਆ, ਜਿਹਨਾਂ ਜੀਵਾਂ ਨੇ ਆਪਣੇ ਮਾਲਕ ਦੀ ਦਰ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਸੋ ਇਹ ਵੱਡਿਆਂ ਭਾਗਾਂ ਦੀਆਂ ਨਿਸ਼ਾਨੀਆਂ ਨੇ ਜੋ ਟਾਈਮ ਚੋਂ ਟਾਈਮ ਕੱਢ ਕੇ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਦੇ ਹੋ, ਇਲਾਹੀ ਬਾਣੀ ਸਰਵਣ ਕਰਦੇ ਹੋ। ਆਓ ਸਾਰੇ ਹੀ ਮਨ ਬਿਰਤੀਆਂ ਜੋੜੀਏ, ਭਾਵਨਾ ਦੇ ਨਾਲ ਕੀਰਤਨ ਕਰੀਏ, ਭਾਵਨਾ ਬਣਾਈਏ। ਭਾਵਨਾ ਦੇ ਨਾਲ ਕੀਰਤਨ ਕੀਤਾ ਵੀ ਪ੍ਰਵਾਨ ਹੈ, ਭਾਵਨਾ ਦੇ ਨਾਲ ਕੀਰਤਨ ਸੁਣਿਆ ਵੀ ਪ੍ਰਵਾਨ ਹੈ। ਕੋਈ ਵੀ ਰਸਨਾਵਾ ਦੀ ਨਾ ਰਹਿ ਗਾਵੇ, ਸਾਰੇ ਰਲ ਕੇ ਸ਼ਬਦ ਕੀਰਤਨ ਕਰੀਏ। ਤੁਧ ਡਿੱਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਢੀ ਹੈ। ਐ ਸਤਿਗੁਰੂ ਤੇਰੇ ਦਰਸ਼ਨ ਕਰਕੇ ਸਾਡੇ ਕਲਯੁਗੀ ਦੀਵਾਂ ਦੇ ਜਨਮ ਜਨਮਾਤਰਾਂ ਦੇ ਦੁੱਖ ਕੱਢੇ ਜਾਂਦੇ। ਸੋ ਦੁੱਖ ਕੈਸਾ ਪਾਵੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ। ਆਓ ਸਾਰੇ ਹੀ ਕੀਰਤਨ ਕਰੀਏ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਦੁੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਦੁੱਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਮਲ ਸੱਚੇ
Thank you.
Love.